ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਨਰਮਾ ਪੰਜਾਬੀ ਕੁਕਿੰਗ ਐਂਡ ਬਲੌਗ ਦੇ ਵਿੱਚ। ਅੱਜ ਨਾ ਮੌਸਮ ਜਿਹੜਾ ਬਹੁਤ ਸੋਹਣਾ ਹੋ ਗਿਆ ਅਤੇ ਪਹਿਲਾਂ ਵੀ ਜਿਹੜਾ ਇੱਕ ਦਿਨ ਮੀਂਹ ਪਿਆ ਸੀਗਾ ਅਤੇ ਅੱਜ ਫਿਰ ਜਿਹੜਾ ਮੀਂਹ ਕਾਫੀ ਲੱਗਦਾ ਹੈ ਆਉਂਦਾ ਚੜਿਆ ਵਾ, ਪਤਾ ਨਹੀਂ ਹਜੇ ਪਊਗਾ ਕਿ ਨਹੀਂ, ਹਜੇ ਵੀ ਆ ਕੀ ਆ ਮੀਂਹ ਆ ਕੁਛ ਨਹੀਂ ਹਜੇ ਪਤਾ ਹੈਗਾ। ਬਸ ਹਾਂਜੀ, ਜਿਹੜਾ ਦੇਖੋ ਇੰਨਾ ਸਾਰਾ ਬੱਦਲ ਬਣਿਆ ਹੋਇਆ ਹੈ, ਕਾਫੀ ਬੱਦਲ ਹਵਾ ਵੀ ਚੱਲਣ ਲੱਗ ਗਿਆ। ਟਾਈਮ ਜਿਹੜਾ 3:30 ਦਾ ਹੋ ਗਿਆ ਅਤੇ ਹਵਾ ਜਿਹੜੀ ਕਾਫੀ ਤੇਜ਼ ਚੱਲਦੀ ਆ ਅਤੇ ਆਪਾਂ ਇੱਧਰ ਪਾਣੀ ਲਈ ਮੋਟਰ ਚਲਾਤੀ ਆ, ਕਿਉਂਕਿ ਮੁੜ ਕੇ ਨਾ ਲਾਈਟ ਦਾ ਨਹੀਂ ਪਤਾ ਹੁੰਦਾ ਗਾ ਵੀ ਆਵੇ ਕਿ ਨਾ ਆਵੇ। ਅਤੇ ਇੱਧਰ ਜਿਹੜਾ ਬੱਦਲ, ਪਤਾ ਨਹੀਂ ਹਨੇਰੀ ਆ ਪਤਾ ਨਹੀਂ ਮੀਂਹ ਆ, ਹਜੇ ਕੁਛ ਪਤਾ ਨਹੀਂ ਲੱਗਦਾ ਗਾ। ਹਵਾ ਜਿਹੜੀ ਥੋੜ੍ਹੀ ਥੋੜ੍ਹੀ ਤੇਜ਼ ਹੋ ਗਈ ਹੈ। ਤਾਂ ਚਲੋ ਜੀ, ਜਿਹੜਾ ਮੌਸਮ ਆ ਠੰਡਾ ਹੋ ਜੂਗਾ। ਵੈਸੇ ਤਾਂ ਪਰਸੋਂ ਚੌਥੇ ਵੀ ਪਿਆ ਸੀਗਾ ਅਤੇ ਮੌਸਮ ਜਿਹੜਾ ਕੁਛ ਫਰਕ ਪੈ ਗਿਆ ਸੀ ਅਤੇ ਦੁਬਾਰਾ ਫਿਰ ਗਰਮੀ ਹੋ ਗਈ ਸੀਗੀ। ਅਤੇ ਅਜੇ ਤਰੀਕ ਹੈਗੀ 28 ਅਤੇ ਦੇਖਦੇ ਹਾਂ ਹੁਣ ਅਤੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਿਊ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਨਾਲ ਜਿਹੜਾ ਬੈਲ ਦਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਤੇ ਤੁਸੀਂ ਜਿਹੜੀ ਸਾਡੀ ਵੀਡੀਓ ਦੇਖ ਸਕੋ ਅਤੇ ਜੇ ਸਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਜ਼ਰੂਰ ਕਰਿਓ। ਚਲੋ ਜੀ, ਫਿਰ ਤੁਹਾਨੂੰ ਦਿਖਾਉਂਦੇ ਹਾਂ ਜਿਹੜਾ ਬਾਹਰ ਹੈਗਾ ਮੀਂਹ ਪੈਣ ਲੱਗ ਗਿਆ ਅਤੇ ਉਹਦਾ ਜਿਹੜਾ ਆਪਾਂ ਤੁਹਾਨੂੰ ਵੀਊ ਦਿਖਾਉਂਦੇ ਹਾਂ। ਮੀਂਹ ਜਿਹੜਾ ਆ ਗਿਆ ਹੈ ਨਾ ਅਤੇ ਆਪਾਂ ਮੱਝਾਂ ਨੂੰ ਪੱਠੇ ਵੀ ਪਾਤੇ ਆ ਅਤੇ ਹੁਣ ਆਪਾਂ ਬਣਾਉਂਦੇ ਹਾਂ ਕੁਛ ਖਾਣ ਪੀਣ ਨੂੰ। ਕੀ ਬਣਾਉਂਦੇ ਦੱਸਦੇ ਤੁਹਾਨੂੰ, ਅਤੇ ਬੱਚੇ ਵੀ ਜਿਹੜੇ ਖੁਸ਼ ਹੋਏ ਪਏ ਆ ਕਿਉਂਕਿ ਜਿਹੜਾ ਮੌਸਮ ਠੰਡਾ ਹੋ ਗਿਆ, ਗਰਮੀ ਨੇ ਵੀ ਬੁਰਾ ਹਾਲ ਕੀਤਾ ਪਿਆ ਸੀਗਾ। ਜਿਹੜਾ ਬਾਹਰ ਮੀਂਹ ਪੈਣ ਲੱਗ ਗਿਆ, ਮੌਸਮ ਜਿਹੜਾ ਬਹੁਤ ਸੋਹਣਾ ਹੋ ਗਿਆ ਅਤੇ ਪਰਸੋਂ ਜਦੋਂ ਮੀਂਹ ਪੈਂਦਾ ਸੀਗਾ ਨਾ ਬੱਚੇ ਉਹਦੇ ਪਕੌੜੇ ਮੰਗਦੇ ਸੀਗੇ ਅਤੇ ਮਿੱਠੇ ਬੋਲਦੇ ਅਤੇ ਵਧੀਆ ਟੇਸਟੀ ਵੀ ਲੱਗਦੇ ਮੀਂਹ 'ਚ ਠੰਡ 'ਚ। ਪਹਿਲਾਂ ਤਾਂ ਗਰਮੀ ਜਿਹੜੀ ਬਹੁਤ ਜ਼ਿਆਦਾ ਸੀਗੀ ਅਤੇ ਖਾਣ ਵੀ ਨਹੀਂ ਦਿਲ ਕਰਦਾ ਸੀਗਾ ਅਤੇ ਹੁਣ ਬੱਚੇ ਮੰਗਦੇ ਆ ਪਕੌੜੇ ਅਤੇ ਮਿੱਠੇ ਗੁਲਗੁਲੇ। ਆਪਾਂ ਗੁਲਗੁਲੇ ਬਣਾਵਾਂਗੇ ਨਾਲੇ ਮਿੱਠੇ ਦੇ, ਨਾਲੇ ਬਣਾਵਾਂਗੇ ਪਕੌੜੇ। ਪਕੌੜੇ ਜਿਹੜੇ ਆਪਾਂ ਆਲੂ ਅਤੇ ਪਿਆਜ਼ ਵਾਲੇ ਬਣਾਵਾਂਗੇ ਕਿਉਂਕਿ ਨਾ ਹੁਣ ਮੀਂਹ ਪੈਂਦਾ ਹੈ ਅਤੇ ਕੋਈ ਪਹਿਲਾਂ ਪ੍ਰੋਗਰਾਮ ਵੀ ਹੈ ਨਹੀਂ ਸੀਗਾ ਪਕੌੜੇ ਬਣਾਉਣ ਦਾ ਅਤੇ ਹੋਰ ਆਪਾਂ ਜਿਹੜੀ ਕੋਈ ਚੀਜ਼ ਨਹੀਂ ਲੈ ਕੇ ਆਉਂਦਾ ਸ਼ਿਮਲਾ ਮਿਰਚ, ਸ਼ਿਮਲਾ ਮਿਰਚ ਵਾਲੇ ਜਿਹੜੇ ਹੈਗੇ ਆ ਪਕੌੜੇ ਬੱਚੇ ਪਸੰਦ ਨਹੀਂ ਕਰਦੇ ਗੇ ਅਤੇ ਬ੍ਰੈਡ ਜਿਹੜਾ ਆਪਾਂ ਬਣਾਵਾਂਗੇ ਆਲੂ ਅਤੇ ਪਿਆਜ਼ ਵਾਲੇ ਪਕੌੜੇ। ਤੁਸੀਂ ਵੀਡੀਓ ਦੇ ਨਾਲ ਬਣੇ ਰਹੋ, ਵੀਡੀਓ ਕਰਿਓ ਅਨੁਪਾਏ ਅਤੇ ਆਪਾਂ ਜਿਹੜੇ ਪਕੌੜੇ ਬਣਾਉਣੇ ਸ਼ੁਰੂ ਕਰਦੇ ਹਾਂ, ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ। ਅਤੇ ਚਲੋ ਜੀ, ਆਪਾਂ ਪਕੌੜੇ ਬਣਾ ਲਈਏ ਅਤੇ ਤੁਸੀਂ ਵੀ ਟੇਸਟ ਕਰਿਓ ਅਤੇ ਆਪਾਂ ਵੀ ਕਰਾਂਗੇ ਅਤੇ ਬਣਾਵਾਂਗੇ ਵੀ। ਚਲੋ ਜੀ, ਅੱਜ ਫਿਰ ਆਪਾਂ ਪਕੌੜੇ ਬਣਾ ਲਈਏ। ਹਾਂਜੀ, ਆਪਾਂ ਤੇਲ ਜਿਹੜਾ ਗਰਮ ਕਰਨਾ ਰੱਖਤਾ ਸੀਗਾ। ਇਹ ਜਿਹੜਾ ਮੈਂ ਸਰ੍ਹੋਂ ਦਾ ਤੇਲ ਲਿਆ ਸੀਗਾ, ਜ਼ਿਆਦਾਤਰ ਜਿਹੜੇ ਪਕੌੜੇ ਮੈਂ ਸਰ੍ਹੋਂ ਦੇ ਤੇਲ 'ਚ ਹੀ ਬਣਾਉਣੀ ਆ, ਪਕੌੜੇ ਗੁਲਗੁਲੇ ਕੁਛ ਵੀ ਬਣਾ ਲਓ ਅਤੇ ਇਹਦੇ 'ਚ ਜਿਹੜੇ ਬਹੁਤ ਟੇਸਟੀ ਬਣਦੇ ਆ। ਅਤੇ ਆਪਾਂ ਜਿਹੜਾ ਨਾ ਤੇਲ ਰੱਖ ਕੇ ਅਤੇ ਆਟਾ ਜਿਹੜਾ ਗੁੜ ਵਾਲੇ ਪਾਣੀ ਨਾਲ ਭਿਉਂ ਕੇ ਰੱਖ ਗਏ ਸੀ ਕਿਉਂਕਿ ਆਪਾਂ ਚੋਣੀਆਂ ਸੀ ਮੱਝਾਂ। ਹੁਣ ਟਾਈਮ ਜਿਹੜਾ 5:30 ਦਾ ਹੋ ਗਿਆ, ਮੱਝਾਂ ਚੋਣ ਚਲੇ ਗਏ ਸੀਗੇ ਅਤੇ ਮੈਂ ਸਲੋਅ ਕਰਕੇ ਗੈਸ ਅਤੇ ਤੇਲ ਗਰਮ ਹੋਣ ਵਾਸਤੇ ਰੱਖ ਗਈ ਸੀਗੀ ਕਿਉਂਕਿ ਜਦੋਂ ਤੱਕ ਆਪਾਂ ਮੱਝਾਂ ਚੁੱਕ ਕੇ ਆਉਣਾ ਸੀ ਉਦੋਂ ਤੱਕ ਤੇਲ ਜਿਹੜਾ ਪੂਰਾ ਗਰਮ ਹੋ ਗਿਆ ਸੀਗਾ। ਅਤੇ ਇੱਥੇ ਜਿਹੜੇ ਪਕੌੜੇ ਆ ਗੁਲਗੁਲੇ, ਸੋਰੀ, ਮੈਂ ਹੱਥ ਨਾਲ ਹੀ ਇਹਦੇ ਵਿੱਚ ਤੇਲ 'ਚ ਪਾ ਰਹੀ ਹਾਂ ਕਿਉਂਕਿ ਨਾ ਚਮਚੇ ਨਾਲ ਜਿਹੜੇ ਵਧੀਆ ਨਹੀਂ ਬਣਦੇ ਕਿ ਨਾ ਪੈਂਦੇ ਹੀ ਆ, ਉਹ ਤਾਂ ਫਿਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀ ਖੇਡਣ ਖੇਡਣ ਵਾਲਾ ਕੰਮ ਹੋ ਜਾਂਦਾ। ਚਮਚੇ ਨਾਲ ਜੇ ਆਪਾਂ ਬਣਾਉਂਦੇ ਹਾਂ ਅਤੇ ਆਪਾਂ ਤਾਂ ਹੱਥ ਨਾਲ ਹੀ ਜਿਹੜਾ ਡੋ ਪਾਉਂਦੇ ਹੁੰਦੇ ਹਾਂ ਤੇਲ 'ਚ, ਅਤੇ ਜਿਹੜੇ ਆਪਣੇ ਗੁਲਗੁਲੇ ਆ ਬਣ ਗਏ ਆ। ਇਹ ਨਾ ਬਹੁਤ ਜ਼ਿਆਦਾ ਸੌਫਟ ਬਣੇ ਸੀਗੇ ਅਤੇ ਮੈਂ ਇਹਦੇ ਵਿੱਚ ਇਕੱਲਾ ਗੁੜ ਦਾ ਜਿਹੜਾ ਪਾਣੀ ਹੈ, ਜਾਣੀ ਕਿ ਗੁੜ ਜਿਹੜਾ ਘੋਲ ਕੇ ਆਪਾਂ ਲੈਂਦੇ ਹੁੰਦੇ ਹਾਂ, ਇਕੱਲਾ ਉਹੀ ਪਾਇਆ। ਅਤੇ ਕਈ ਇਹਦੇ ਵਿੱਚ ਮਿੱਠਾ ਤੇਜ਼ ਕਰਨ ਲਈ ਖੰਡ ਵੀ ਪਾ ਲੈਂਦੇ ਆ ਵੀ ਥੋੜ੍ਹੀ ਜਿਹੀ ਖੰਡ ਪਾ ਲਓ, ਉਹਦੇ ਨਾਲ ਮਿੱਠਾ ਜਿਹੜਾ ਤੇਜ਼ ਹੋ ਜਾਂਦਾ, ਗੁੜ 'ਚ ਮਿੱਠਾ ਜਿਹੜਾ ਘੱਟ ਹੁੰਦਾ। ਪਰ ਜਦੋਂ ਆਪਾਂ ਖੰਡ ਪਾ ਲੈਂਦੇ ਨਾ, ਖੰਡ ਦੇ ਨਾਲ ਜਿਹੜੇ ਗੁਲਗੁਲੇ ਆ ਚੀੜੇ ਹੋ ਜਾਂਦੇ ਆ
ਤੁਸੀਂ ਟਰਾਈ ਕਰਕੇ ਵੀ ਦੇਖਿਓ ਕਦੇ ਵੀ ਜਦੋਂ ਆਪਾਂ ਖੰਡ ਪਾਉਂਦੇ ਹਾਂ ਤਾਂ ਇਹ ਬਹੁਤ ਜਿਹੜੇ ਚਿੜੇ ਹੋ ਜਾਂਦੇ ਜਦੋਂ ਸਜਰੇ ਸਜਰੇ ਬਣੇ ਹੁੰਦੇ ਆ ਇੱਕ ਘੰਟੇ ਤੱਕ ਤਾਂ ਵਧੀਆ ਰਹਿੰਦੇ ਆ ਜਿਵੇਂ ਜਿਵੇਂ ਠੰਡੇ ਹੁੰਦੇ ਜਾਂਦੇ ਆ ਉਵੇਂ ਉਵੇਂ ਇਹ ਚਿੜੇ ਬਣਦੇ ਜਾਂਦੇ ਆ ਕਾਫੀ ਚਿੜੇ ਹੋ ਜਾਂਦੇ ਆ ਅਤੇ ਜਿਹੜੇ ਆਪਾਂ ਗੁੜ ਦੇ ਘੋਲ ਵਾਲੇ ਹੁੰਦੇ ਆਪਣੇ ਗੁਲਗੁਲੇ ਇਹ ਉੱਦਾਂ ਹੀ ਰਹਿੰਦੇ ਭਾਵੇਂ ਤੁਸੀਂ 3-4 ਘੰਟੇ ਜਿੰਨਾ ਟਾਈਮ ਮਰਜ਼ੀ ਰੱਖ ਲਓ ਉੱਦਾਂ ਹੀ ਸੌਫਟ ਹੀ ਰਹਿੰਦੇ ਆ ਇਹ ਅਤੇ ਜਿਹੜੇ ਗੁਲਗੁਲੇ ਆਪਣੇ ਤਕਰੀਬਨ ਬਣ ਗਏ ਆ ਕਿਉਂਕਿ ਸਾਡੀ ਫੈਮਿਲੀ ਵੀ ਛੋਟੀ ਆ ਫੈਮਿਲੀ ਦੇ ਹਿਸਾਬ ਨਾਲ ਜਿੰਨੀ ਕੁ ਜ਼ਰੂਰਤ ਹੁੰਦੀ ਆ ਉਨੇ ਕੁ ਕਿਉਂਕਿ ਜਲਦੀ ਬਣ ਜਾਂਦੇ ਆ ਅਤੇ ਆਪਾਂ ਜਿਹੜੇ ਮਿੱਠੇ ਗੁਲਗੁਲੇ ਆ ਉਹ ਬਣਾ ਲਏ ਆ ਅਤੇ ਹੁਣ ਆਪਾਂ ਜਿਹੜਾ ਆਲੂ ਪਿਆਜ਼ ਵਾਲੇ ਜਿਹੜੇ ਪਕੌੜੇ ਆ ਉਹ ਬਣਾਵਾਂਗੇ ਅਤੇ ਇਹ ਮੈਂ ਪਾਉਂਦੀ ਹਾਂ ਬੇਸਣ ਬੇਸਣ ਜਿਹੜਾ ਮੇਰਾ ਛਾਣ ਕੇ ਰੱਖਿਆ ਹੁੰਦਾ ਕਿਉਂਕਿ ਬੱਚਿਆਂ ਦਾ ਪਤਾ ਨਹੀਂ ਕਦੋਂ ਕੀ ਖਾਣ ਨੂੰ ਮੰਗ ਲੈਣਾ ਅਤੇ ਫਿਰ ਫਟਾਫਟ ਬੰਦਾ ਬਣਾ ਲੈਂਦਾ ਅਤੇ ਜੇ ਇਹਨੂੰ ਆਪਾਂ ਥੋੜ੍ਹਾ ਜਿਹਾ ਕੁਰਕਰੇ ਬਣਾਉਣਾ ਹੋਵੇ ਨਾ ਜਿਹੜੇ ਆਪਣੇ ਨਮਕ ਵਾਲੇ ਪਕੌੜੇ ਹੁੰਦੇ ਆ ਕੋਈ ਚੀਜ਼ 'ਤੇ ਵੀ ਬਣਾ ਲਓ ਤੁਸੀਂ ਆਲੂ ਪਿਆਜ਼ ਤੋਂ ਬਿਨਾਂ ਹੋਰ ਵੀ ਆਪਾਂ ਜਿਹੜੇ ਬਣਾਉਣੇ ਹੁੰਦੇ ਆ ਬ੍ਰੈਡ ਤੋਂ ਛੁੱਟ ਇਹਦੇ 'ਚ ਇੱਕ ਕੜਛੀ ਜਿੱਦਾਂ ਆਟੇ ਦੀ ਪਾ ਲਈਏ ਤਾਂ ਬਹੁਤ ਜ਼ਿਆਦਾ ਕੁਰਕਰੇ ਬਣਦੇ ਆ ਇਹ ਅਤੇ ਆਪਾਂ ਇੱਥੇ ਪਾ ਲੈਂਦੇ ਹਾਂ ਸੁੱਕੇ ਮਸਾਲੇ ਨਮਕ ਮਿਰਚ ਅਤੇ ਮੈਂ ਥੋੜ੍ਹੀ ਜਿਹੀ ਹਲਦੀ ਵੀ ਪਾਉਂਗੀ ਇੱਥੇ ਕਿਉਂਕਿ ਉਹਦੇ ਨਾਲ ਜਿਹੜਾ ਕਲਰ ਬਹੁਤ ਵਧੀਆ ਆਉਂਦਾ ਅਤੇ ਲਸਣ ਪਿਆਜ਼ ਅਤੇ ਇਹਦੇ 'ਚ ਹੈਗੀ ਹਰੀ ਮਿਰਚ ਅਦਰਕ ਜਿਹੜਾ ਗਰਮੀ ਆ ਆਪਾਂ ਨਹੀਂ ਪਾਉਂਦੇ ਵੈਸੇ ਹੁਣ ਮਿਲਦਾ ਵੀ ਘੱਟ ਹੀ ਆ ਪਿੰਡਾਂ 'ਚ ਨਹੀਂ ਚੱਲਦਾ ਇੰਨਾ ਅਦਰਕ ਸਰਦੀਆਂ 'ਚ ਤਾਂ ਚੱਲ ਜਾਂਦਾ ਅਤੇ ਆਪਾਂ ਤਿੰਨੇ ਚੀਜ਼ਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਅਤੇ ਇਹਦੇ 'ਚ ਆਪਾਂ ਪਾ ਦਾਂਗੇ ਪਿਆਜ਼ ਪਹਿਲਾਂ ਹਰ ਇੱਕ ਦਾ ਜਿਹੜਾ ਪਕੌੜੇ ਬਣਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਮੈਂ ਇੱਦਾਂ ਹੀ ਬਣਾਉਣੀ ਹੁੰਦੀ ਹਾਂ ਇਹ ਆਪਾਂ ਪਿਆਜ਼ ਆ ਇਹ ਤੁਸੀਂ ਜਿੱਦਾਂ ਮਰਜ਼ੀ ਕੱਟ ਸਕਦੇ ਲੰਬੇ ਜਾਂ ਪਤਲੇ ਜਿਵੇਂ ਵੀ ਕਿਸੇ ਨੂੰ ਪਸੰਦ ਆ ਵਿੱਚ ਪਾ ਲਿਆ ਆਪਾਂ ਆਲੂ ਅਤੇ ਹੁਣ ਇਹਨੂੰ ਆਪਾਂ ਪਾਣੀ ਪਾ ਕੇ ਇਹਦਾ ਡੋਜਾ ਬਣਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਚਲੋ ਜਿਹੜੇ ਆਪਾਂ ਪਕੌੜੇ ਆ ਉਹ ਤੇਲ 'ਚ ਪਾ ਤੇ ਆ ਪੱਕਣ ਵਾਸਤੇ ਇਹ ਥੋੜ੍ਹਾ ਜਿਹਾ ਟਾਈਮ ਲੈਂਦੇ ਆ ਪੱਕਣ ਨੂੰ ਕੋਈ ਜ਼ਿਆਦਾ ਵੀ ਨਹੀਂ ਕਿਉਂਕਿ ਇਹਦੇ ਚਾਲੂ ਹੁੰਦੇ ਆ ਨਾ ਫਿਰ ਐਂ ਹੋ ਜਾਂਦਾ ਵੀ ਥੋੜ੍ਹਾ ਜਿਹਾ ਸੇਕ ਵੱਧ ਲੱਗ ਜੇ ਅਤੇ ਆਲੂ ਜਿਹੜੇ ਚੰਗੀ ਤਰ੍ਹਾਂ ਪੱਕ ਜਾਣ ਦੇਖੋ ਤੁਸੀਂ ਕਿੰਨੇ ਕੁਰਕਰੇ ਬਣੇ ਆ।